ਸਤਿ ਸ਼੍ਰੀ ਅਕਾਲ ਜੀ ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਮੈਂ ਆਪ ਸਭ ਨਾਲ ਜੱਸੀ ਮਾਨ ਦੇਖੋ ਕੁਦਰਤ ਨੇ ਪਰਮਾਤਮਾ ਨੇ ਹਰ ਕਿਸੇ ਨੂੰ ਬੜੀ ਅੱਛੀ ਨਰਜੀ ਦਿੱਤੀ ਹੈ ਤੇ ਇਸ ਦੁਨੀਆਦਾਰੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਦਾ ਨਾਮ ਕਮਾਉਂਦੇ ਆ ਇਹ ਅਸਲ ਦੇ ਵਿੱਚ ਸਾਡੇ ਦਿਮਾਗ ਤੇ ਸਾਡੇ ਮਨ ਤੇ ਸਾਡੀ ਸੋਚ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਹੈ ਕਿਸੇ ਨੂੰ ਪੂਜਾ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਕਿਸੇ ਨੂੰ ਕਿਸੇ ਦੀ ਚੰਗਿਆਈ ਲਈ ਤੇ ਕਿਸੇ ਨੂੰ ਕਿਸੇ ਦੀ ਬੁਰਾਈ ਲਈ ਯਾਦ ਕੀਤਾ ਜਾਂਦਾ ਹੈ ਕਿਉਂ ਇਦਾਂ ਦੇ ਕੰਮ ਕਰਨੇ ਆ ਕਿ ਦੁਨੀਆ ਸਾਨੂੰ ਸਾਡੀ ਬੁਰਾਈ ਦੀ ਵਜ੍ਹਾ ਨਾਲ ਯਾਦ ਕਰੇ ਚਾਹੇ ਉਸ ਵਜ੍ਹਾ ਨਾਲ ਯਾਦ ਕਰੇ ਕਿ ਨਫ਼ਰਤ ਉਸਦੇ ਮਨ ਵਿੱਚੋਂ ਚੰਗੇ ਕੰਮ ਕਿਸ ਤਰ੍ਹਾਂ ਵੀ ਕੀਤੇ ਜਾਣ ਭਲਾਈ ਲਈ ਲੋਕ ਭਲਾਈ ਲਈ ਕੀਤੇ ਜਾਣ ਸ਼ੁਭ ਕੰਮ ਕੀਤੇ ਜਾਣ ਤਾਂ ਉਹਦੇ ਲਈ ਦੁਨੀਆ ਵਿੱਚ ਇੱਕ ਅੱਛੀ ਐਨਰਜੀ ਅਸੀਂ ਛੱਡ ਕੇ ਜਾਂਦੇ ਹਾਂ ਜਾਣਾ ਸਭ ਨੇ ਹੀ ਹੈ ਅਤੇ ਅੱਛੇ ਬਣੀਏ ਅੱਛੀ ਐਨਰਜੀ ਛੱਡ ਕੇ ਜਾਈਏ ਤੋਂ ਵੱਡੀ ਸ਼ੁਭ ਗੱਲ ਕੋਈ ਹੋ ਹੀ ਨਹੀਂ ਸਕਦੀ ਠੀਕ ਜੀ ਹਾਂ ਆਪਾਂ ਗੱਲ ਕਰਾਂਗੇ ਅੱਜ ਦੇ ਦਿਨ ਦੀ ਅੱਜ ਦੀ ਤਿਥੀ ਦੀ ਅੱਜ 12 ਅਕਤੂਬਰ 2024 ਦਿਨ ਹੈ ਸ਼ਨੀਵਾਰ ਦਾ ਤੁਸੀਂ ਜਾਣਦੇ ਹੋ ਅੱਜ ਦੁਸਹਿਰੇ ਦਾ ਪਰਵ ਮਨਾਇਆ ਜਾ ਰਿਹਾ ਹੈ ਦੁਸਹਿਰਾ ਅਤੇ ਨੌਵੀਂ ਤਿਥੀ ਵੈਸੇ 11 ਵਜੇ ਤੱਕ ਰਹੇਗੀ ਨੌਵੀਂ ਦੇ ਮਾਂ ਦੇ ਨੌਵੇਂ ਰੂਪ ਦੀ ਅੱਜ ਪੂਜਾ ਵੀ ਕੀਤੀ ਜਾਣੀ ਹੈ ਪਰ 11 ਵਜੇ ਤੱਕ ਤੁਸੀਂ ਕਰ ਸਕਦੇ ਹੋ ਪੂਜਾ ਅਗਰ ਕਰਨੀ ਚਾਹੋ ਤਾਂ ਉਸ ਤੋਂ ਬਾਅਦ 10ਵੀਂ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਸ਼੍ਰਵਣ ਨਕਸ਼ਤਰ ਰਹੇਗਾ ਜੋ ਰਾਤ ਨੂੰ ਜੋ ਕੱਲ੍ਹ ਸਵੇਰੇ ਤੜਕੇ ਤੱਕ ਚੱਲੇਗਾ ਬਹੁਤ ਅੱਛਾ ਯੋਗ ਸ਼੍ਰਵਣ ਨਕਸ਼ਤਰ ਅਤੇ ਚੰਦਰਮਾ ਤੁਸੀਂ ਜਾਣਦੇ ਹੋ ਕਿ ਮਕਰ ਰਾਸ਼ੀ ਵਿੱਚ ਰਹੇਗਾ ਮਕਰ ਰਾਸ਼ੀ 'ਚ ਚੰਦਰਮਾ ਗ੍ਰਹਿਆਂ ਦੇ ਮੁਤਾਬਕ 9ਵੀਂ ਤਿਥੀ ਦੀ ਪੂਜਾ ਹੋਏਗੀ ਅਤੇ ਮਾਂ ਦੇ 9ਵੇਂ ਆਖਰੀ ਨਵਰਾਤਰੇ ਤੇ ਮਾਂ ਸਿੱਧੀ ਦੇਵੀ ਦੀ ਪੂਜਾ ਅੱਜ ਕੀਤੀ ਜਾਏਗੀ ਤਕਰੀਬਨ 11 ਵਜੇ ਤੱਕ ਆਪਾਂ ਤੁਹਾਨੂੰ ਦੱਸਿਆ ਪਰੰਪਰਾ ਹੈ ਕਿ ਇਸ ਦਿਨ ਪੂਜਾ ਕਰਨ ਤੇ ਕਹਿੰਦੇ ਆ ਕਿ 8 ਦਿਨਾਂ ਦੀ ਪੂਜਾ ਦਾ ਫਲ ਅੱਜ ਦੇ ਦਿਨ ਹੀ ਮਿਲਦਾ ਹੈ ਮਤਲਬ 8 ਨਵਰਾਤਰਿਆਂ ਦਾ ਕਹਿ ਲਓ 8 ਦਿਨਾਂ ਦੀ ਪੂਜਾ ਦਾ ਕਹਿ ਲਓ ਤਾਂ ਮੰਦਰ ਜਾਣਾ ਨਾਰੀਅਲ ਚੜਾਉਣਾ ਮਾਂ ਦੇ ਦਰਸ਼ਨ ਕਰਨਾ ਪੀਲੇ ਫੁੱਲਾਂ ਦਾ ਹਾਰ ਚੜਾਉਣਾ ਘਰ ਬੈਠੀ ਮਾਤਾ ਦਾ ਆਸ਼ੀਰਵਾਦ ਲੈਣਾ ਉਸਨੂੰ ਖੁਸ਼ ਕਰਨਾ ਗਿਫਟ ਦੇਣਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਠੀਕ ਹੈ ਨਾ ਅਤੇ ਚਲੋ ਜ਼ਰੂਰ ਕਰੋ ਅੱਜ ਤੁਸੀਂ ਸਿੱਧੀ ਦਾਤਰੀ ਦੇਵੀ ਦੀ ਪੂਜਾ ਅਤੇ ਉਸਨੂੰ ਚੜਾਓ ਤੁਸੀਂ ਫੁੱਲ ਅਤੇ ਫਲ ਫਲ ਅਲੱਗ ਅਲੱਗ ਤਰ੍ਹਾਂ ਦੇ ਚੜਾ ਸਕਦੇ ਹੋ 2-4 ਤਰ੍ਹਾਂ ਦੇ ਫਲ ਅਲੱਗ ਤਰ੍ਹਾਂ ਦੇ ਜਿਵੇਂ ਕੇਲਾ ਸੇਬ ਹੈ ਨਾ ਅਨਾਰ ਵਗੈਰਾ ਚੜਾਓ ਅਤੇ ਮਾਂ ਦੇ ਇਸ ਰੂਪ ਦੀ ਪੂਜਾ ਕਰਨ 'ਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਆ ਮੋਕਸ਼ ਅਤੇ ਵਿਜੇ ਪ੍ਰਦਾਨ ਵਰਦਾਨ ਮਿਲਦਾ ਏ ਹਲਵਾ ਪੂਰੀ ਅਤੇ ਕਾਲੇ ਚਨੇ ਵੀ ਤੁਸੀਂ ਮਾਂ ਦੇ ਭੋਗ ਲਗਾ ਕੇ ਬੱਚਿਆਂ ਨੂੰ ਖਿਲਾ ਸਕਦੇ ਠੀਕ ਅਤੇ ਉਸ ਤੋਂ ਬਾਅਦ 10ਵੀਂ ਤਿਥੀ ਦਾ ਪੱਖ ਦੁਸਹਿਰੇ ਦਾ ਪਰਵ ਦੁਸਹਿਰੇ ਦੀ ਕਹਾਣੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਦੁਸਹਿਰੇ ਪਰਵ ਦੀ ਮਹੱਤਤਾ ਅਤੇ ਇਤਿਹਾਸ ਸਭ ਨੂੰ ਪਤਾ ਹੀ ਹੈ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਬੱਚੇ ਅੱਜ ਕੱਲ੍ਹ ਤਕਰੀਬਨ ਮੋਬਾਈਲ 'ਤੇ ਹੀ ਰਹਿੰਦੇ ਆ ਅਤੇ ਉਹਨਾਂ ਨੂੰ ਹੋਰ ਚੀਜ਼ਾਂ ਸਭ ਪਤਾ ਨੇ ਪਰ ਸਾਨੂੰ ਉਹਨਾਂ ਨੂੰ ਸਾਡੇ ਇਤਿਹਾਸ ਦਾ ਅਤੇ ਸਾਡੀਆਂ ਪਰੰਪਰਾਵਾਂ ਦਾ ਜਾਂ ਜਿਸ ਤਰ੍ਹਾਂ ਦੀ ਐਨਰਜੀ ਜੋ ਤਿਉਹਾਰ ਮਨਾਇਆ ਜਾ ਰਿਹਾ ਉਸਦੇ ਇਤਿਹਾਸ ਬਾਰੇ ਵੀ ਜਾਣੂ ਕਰਾਉਣਾ ਚਾਹੀਦਾ ਹੈ ਬਿਠਾਓ ਉਹਨਾਂ ਨੂੰ ਕੋਲ ਦੱਸੋ ਕਿ ਦੁਸਹਿਰਾ ਕਿਉਂ ਮਨਾਇਆ ਜਾਂਦਾ ਹੈ ਕਿਸ ਤਰ੍ਹਾਂ ਰਾਮ ਅਤੇ ਰਾਵਣ ਦੋਨਾਂ ਦੀ ਜੋ ਬੁਰਾਈ ਅਤੇ ਈਸਾਈ ਦੀ ਜਿੱਤ ਦਾ ਪ੍ਰਤੀਕ ਹੈ ਕਿ ਕਿਸ ਤਰ੍ਹਾਂ ਅੱਛੇ ਕਰਮ ਕਰਨ 'ਤੇ ਅੱਛੀ ਐਨਰਜੀ ਨਾਲ ਅੱਛੇ ਫਲ ਮਿਲਦੇ ਆ ਅਤੇ ਜਦੋਂ ਅਸੀਂ ਸਾਡੇ ਕਰਮ ਅਤੇ ਸਾਡੀ ਨੀਅਤ ਅੱਛੀ ਨਹੀਂ ਹੈ ਤਾਂ ਭਾਵੇਂ ਜਿੰਨੀ ਮਰਜ਼ੀ ਪਾਵਰ ਹੋਵੇ ਦੁਨੀਆਦਾਰੀ ਦੇ ਵਿੱਚ ਉਹਨਾਂ ਨੂੰ ਸ਼ੁੱਭ ਤਰੀਕੇ ਨਾਲ ਯਾਦ ਨਹੀਂ ਕੀਤਾ ਜਾਂਦਾ ਬੜੀ ਪਾਵਰ ਦਾ ਮਾਲਕ 10 ਸਿਰਾਂ ਦਾ ਮਾਲਕ ਰਾਵਣ ਜਿਸ ਦਾ ਦੁਸਹਿਰਾ ਤਾਂ ਹੀ ਮਨਾਇਆ ਜਾਂਦਾ ਅਤੇ ਵਿਜੇ ਪ੍ਰਾਪਤ ਕੀਤੀ ਅੱਜ ਦੇ ਦਿਨ ਰਾਮ ਜੀ ਨੇ ਰਾਵਣ ਦਾ ਵੱਧ ਕੀਤਾ ਹੈ ਨਾ ਅਤੇ ਹਰ ਸਾਲ ਜੋ ਹੈ ਰਾਵਣ ਨੂੰ ਅਗਨੀ ਭੇਟ ਕੀਤੀ ਜਾਂਦੀ ਹੈ ਸ਼ਾਮ ਨੂੰ ਚਲੋ ਇਹ ਇੱਕ ਇਸੇ ਤਰ੍ਹਾਂ ਦੀ ਜੋ ਬਣਿਆ ਹੋਇਆ ਏ ਉਸੇ ਤਰ੍ਹਾਂ ਨਾਲ ਈਸਾਈ 'ਤੇ ਈਸਾਈ ਦੀ ਜਿੱਤ ਬੁਰਾਈ 'ਤੇ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਜ਼ਰੂਰ ਰਾਵਣ ਦੇ ਦਰਸ਼ਨ ਕਰਾਉਣੇ ਚਾਹੀਦੇ ਆ ਰਾਮ ਜੀ ਦੀ ਮਹਿਮਾ ਬਾਰੇ ਦੱਸਣਾ ਚਾਹੀਦਾ ਹੈ ਹੈ ਨਾ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿਉਂ ਕਿਹੜੀ ਚੀਜ਼ ਮਨਾਈ ਜਾਂਦੀ ਹੈ ਠੀਕ ਹੈ ਤਾਂ ਪਰਿਵਾਰ ਵਿੱਚ ਬੈਠ ਕੇ ਖੁਸ਼ੀਆਂ ਮਨਾਉਣ ਨਾਲ ਮੱਥਾ ਟੇਕਣ ਨਾਲ ਸ਼ਹਿਰਾਂ ਦੀ ਰੌਣਕ ਦੇਖਣ ਨਾਲ ਦੁਸਹਿਰੇ 'ਤੇ ਰਾਵਣ ਦੇ ਦਰਸ਼ਨ ਕਰਨ ਨਾਲ ਅਸੀਂ ਆਪਣੇ ਆਪ ਨੂੰ ਥੋੜ੍ਹਾ ਇੱਕ ਚੀਜ਼ ਤੋਂ ਅਲੱਗ ਵੀ ਕਰਦੇ ਹਾਂ ਅਤੇ ਜ਼ਰੂਰ ਜਾਓ ਜ਼ਰੂਰ ਮੇਲਾ ਦੇਖਣ ਜਾਓ ਪਹਿਲਾਂ ਬੜਾ ਇਸਦਾ ਮੰਨਿਆ ਜਾਂਦਾ ਸੀ ਮਹੱਤਵ ਅਤੇ ਅੱਜ ਕੱਲ੍ਹ ਤਕਰੀਬਨ ਕਹਿੰਦੇ ਆ ਰੋਜ਼ ਹੀ ਮੇਲੇ ਆ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਸਮਾਂ ਕੱਢੋ ਜ਼ਰੂਰ ਆਪਣੀ ਬਿਜ਼ੀ ਜ਼ਿੰਦਗੀ ਤੋਂ ਅਤੇ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਜ਼ਰੂਰ ਦਿਓ ਚਲੋ ਦੁਸਹਿਰੇ ਦੀਆਂ ਆਪ ਸਭ ਨੂੰ ਬਹੁਤ ਸਾਰੀਆਂ ਵਧਾਈਆਂ ਪਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਈਸ਼ਾਈਆਂ ਭਰੇ ਹੈ ਨਾ ਅਤੇ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਚਲੋ ਆਪਾਂ ਕਰਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਇਸ ਦੀ ਸ਼ੁਰੂਆਤ ਜਾਣਾਂਗੇ ਗ੍ਰਹਿਆਂ ਬਾਰੇ ਅਤੇ ਨਾਲ ਅੱਜ ਦੇ ਦਿਨ ਦਾ ਰਾਹੂ ਕਾਲ ਦਾ ਸਮਾਂ ਵੀ ਤੁਹਾਨੂੰ ਦੱਸ ਦਈਏ ਜੀ ਤਕਰੀਬਨ ਅੱਜ ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਅਤੇ ਇਸ ਟਾਈਮ 'ਤੇ ਸ਼ੁਭ ਕੰਮਾਂ ਦਾ ਪਰਹੇਜ਼ ਹੈ ਬਾਕੀ ਚੱਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਕਿੱਦਾਂ ਵੀ ਤੁਸੀਂ ਆਪਣੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਸਾਰੇ ਕੰਮ ਕਰ ਸਕਦੇ ਹੋ ਕੋਈ ਵਹਿਮ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ
जिन्हों का भी जन्मदिन है, शादी की सालगिरह है, तो अज दुशहरे का दिन है, तो जरूरी है कि बच्चों को कुछ ना कुछ खाने दे दो, उन्हां दी मदद करो। जो देखो मजदूर सब ने दशहरा मनाना है ना, फल देना, कुदरती तौर पर चीज देना, किसी मजदूर नू लेबर दे काम करने वाले नू जुत्ती दा दान करना शनिवार वाले दिन बड़ा शुभ, किसी नू राशन लेके दे दो जो अपनी जरूरतां पूरियां नहीं करता, अगले का त्यौहार भी मनाया जाऊ, तुहानू दुआवां भी मिल जाणगियां। चलो आपां जाणदे आ की कहिंदे आ तुहाडे सितारे। शुरुआत करांगे एरिज यानी मेष राशि तो। मेष राशि वालियां दे लई सितारियां दे हिसाब दे नाल जो आपां देखिए तां जो चंद्र दी स्थिति है वह मकर राशि विच बनी हुई है। मकर राशि विच चंद्रमा ते नक्षत्र दे मुताबक, चंद्रमा श्रवण नक्षत्र विच है, मन की चंचलता ते थोड़ा कंट्रोल रखना चाहिए है। मेष राशि वालियां दे लई चंद्र दसवें स्थान विच है, रात नूं सफेद चीज़ का सेवन भी ना ही करो तो चंगा। पतासे धार्मिक स्थान पर चढ़ा सकते हो, बच्चों दे सकते हो, शुभ फल मिलेगा। तो माँ के पैरी हाथ लगा के घर तो जाते चंद्र चौथे दसवें स्थान विच जो चौथी चौथे घर नूं देखेगा, सुखा नूं देखेगा, तो मन नूं शांति ही बख्शेगा। दिन अच्छा है, रैड पिंक ते मजेंटा कलर तुहाडे लई शुभ रहेगा। टॉरस यानी ब्रिक राशि, नौवें स्थान विच चंद्रमा श्रवण दा नक्षत्र, गल गल ते इमोशनल होना समझदारी नहीं है। हर चीज़ दे लई अगर किते दिमाग कहिंदे काम ना करे तो वह चीज़ जाओ गल जाओ समा कुदरत ते छड़ देना चाहिए है, जां बजुर्गां दी सलाह लै लेनी चाहिए है, तो परिवार की सलाह नाल चलना अज तुहाडे लई शुभकारी रहेगा। किसी धार्मिक स्थान पर जा रहे हो तो नौ घुट पानी दे जरूर पियो, नौवें चंद्र का शुभ फल मिल जाएगा। शुभ रंग अज दे दिन तुहाडा रहेगा जी हल्का जिहा नीला रंग, ते शुभ नंबर रहेगा 9। जैमिनी मिथुन राशि, काफ़ी इमोशनल रहोगे तुसी मकर राशि विच, चंद्रमा सत्तवें स्थान विच जो रहेगा तो काफ़ी इमोशनल हो रहे हो तुसी अपने बिजनेस जां लाइफ पार्टनर नूं लैके, थोड़े उलझे में थोड़ा दिमाग च शक जिहा रह सकता है, पर चंद्र का नक्षत्र है अज संभाल लोगे तुसी अपने आप नूं। रैड कलर का रुमाल हल्का जिहा इतर लगा के अपने कोल रखो, विदेश तो रुकिया होया काफ़ी देर तो रुकिया होया पैसा तुहानूं मिल सकता है, ते नाल ही अज दे दिन शुभ नंबर तुहाडा रहण वाला है जी 1 नंबर। लियो यानी सिंह राशि, सिंह राशि के लिए जो सितारे चलते पे आ इसके मुताबक श्रवण नक्षत्र जो बारहवें खाने का मालक है, कॉन्फिडेंस तो बनिया रहेगा हर काम में, हिम्मत भी बनी रहेगी, भज नठ भी बनी रहेगी, पूरी तरह नाल पूरा दिन तुसी बिजी रहने वाले हो, पर कदे कदे हो जाता ना किसी की कही हुई किसी गल का मन चो ना निकलना, तो वह तुहाडे ते ही है कि जिनी जल्दी हो सके अपने अंदर तो नकारात्मक ऊर्जा से किसी कई हुई गल्ला कढ़ो, उन्हां दी संगत ना करो जो तुहानू लगता है कि हमेशा ही तुहानू डावांडोल स्थिति कर देंदे आ, जां कुछ हमेशा गेरन दी जां इदां दी गल करदे आ जिहदे नाल तुहाडा मनोबल संतुलन बिगड़ जांदा है, तां अच्छे लोकां दी संगत नाल अच्छा फल तुहानू मिल सकदा है। ठीक, केसरी रंग तुहाडा शुभ रहेगा, ते दुध दा पैकेट धार्मिक स्थान ते रखना अज दे दिन दा उपाय रहेगा। वर्गो यानी कन्या राशि, सोच अच्छी, मन अच्छा, ते फैसले भी अच्छे होणगे, बच्चों नाल टाइम स्पेंड करोगे अज तुसीं, ते जिस जगह खड़ोगे जिस जगह जाओगे तुहाडे हक च ही फैसले होंगे। मिश्री का सेवन करना, ते मिश्री थोड़ी जी लैके चल परवाह करना, ग्रहां विच जां घर विच जां आले दुआले तो थोड़ी बहुत भी किसी तरह की खटास है उसनू मिठास विच बदलने लई चंद्रमन का कारक शुभ फल देगा। जल्दबाजी तो बचना तुसीं, कुत्ते नू मिठी रोटी जरूर पाओ। लिबरा तुला राशि, लग्जरी चीज़ों का सुख मिलेगा, कोई चीज़ खरीदना चाहते हो, लेना चाहते हो, गड्डी चेंज करना चाहते हो, लगन से बैठा शुक्र है जी, अच्छी परसनैलिटी कर रहे, अच्छा पैसा दे रहा, बिजनेस दे रहा, तो बस इसका आनंद मानो, वैल ड्रैसड रहो, माँ के पैरी हाथ लगाओ, तो दिन की शुरुआत तुलसी के पत्ते का सेवन करके करन ते बुध लगन में शुभ फल दे सकता है। ठीक है जी, अगली राशि की गल करते हैं आप, स्कॉर्पियो यानी वृश्चिक राशि। वृश्चिक राशि वालों के लिए छोटी वड्डी यात्रा सफलकारी रहेगी, शुभ रहेगी, भज नठ तुहाडी भी पूरी तरह नाल बनी रहेगी, रिश्तेदार आ सकते जां तुसी किते जा सकते हो। काला नीला रंग अज बिल्कुल भी ना पाओ, चांदी अपने कोल रखो, चंद्र जो है तुहाडे नौवें खाने का मालक है, किस्मत का साथ, ते आने वाले कल दियां प्लैनिंगां पूरी तरह सक्सैस होने वाली हैं। डार्क ब्लू कलर अज नहीं पाउणा, मत्थे ते दुध सवेर तो ला लेना है, दिन अच्छा, शुभ रंग पीला, ते शुभ नंबर 9। सैजिटेरियस धनु राशि वालों के लिए धन स्थान में बैठा हुआ चंद्र धन के मसले हल करेगा, परिवार में पैसे की जो शॉर्टेज चल रही सी मिल जाएगा, पैसा आ जाएगा, दिन बढ़िया जाएगा। दुध का पैकेट तुसी भी धार्मिक स्थान पर रख सकते हो, सेहत का ध्यान रखना जरूरी रहेगा, गुस्सा ज्यादा रिश्ते कह सकते हैं आप सर्कल दोनों खराब करेगा, तो अपनी वाणी च मिठास रख के कोई भी काम करते हो तो दूजे बैठा चंद्र समझो अच्छी तरह दिन अच्छा कढ़ाउण वाला है।
शुभ रंग रहेगा जी आज के दिन मस्टर्ड कलर ते शुभ नंबर रहेगा तकरीबन 6 नंबर। अगली राशि कैप्रिकॉन मकर राशि। सेहत लई नजर अकाम लई सितारे चंगे नहीं है। ठंडिया तत्तियां चीजा का सेवन परहेज नाल करना चाहिदा है। बारी खाने तो परहेज रखो। जिद्दी बन के कोई काम ना करो ते मां दा आशीर्वाद हर समय लेना वैसे हमेशा ही चंगा हुंदा है पर घर तो निकलते समय जरूर लो। थोड़ी कैल्शियम की कमी रहेगी, थोड़ी बैक पेन हो सकती है। बाकी कम बिजनेस लई सितारे अज के दिन दे बहुत शुभ जाणगे। चांदी के गिलास च पानी पीना है और शुभ रंग डार्क ग्रे कलर रहेगा। अक्यूरस यानी कुंभ राशि। कुंभ राशि वालों एक सट्ट का चोट का भय बनया रहेगा। पेपर अपने पूरे लैके ही गड्डी घर तो कढ़नी चाहिए। कोई चलान ना कट्टिया जाए मानसिक तौर पर कलपाहट मन परेशान करेगी। छेवें खाने का मालिक है चंद्रमा, बारहवें खाने में बैठा है, कोई ना कोई दिमागी परेशानी दे सकता है। तो हर तरह नाल कॉन्फिडेंस नाल हर चीज़ पूरी लैके ही घर तो निकलना तुहाडे लई शुभ फल देगा। ठीक है जी, नज़रां तो बचो तो एक नारियल लैके मंदिर चढ़ा दो। पाइसिस यानी मीन राशि। मीन राशि के लिए जो सितारे चलते पे हैं ग्रहों के मुताबिक जो बुध ते शुक्र अठवें स्थान में रहेंगे बिजनेस कामकार कुछ ज़्यादा अच्छा नहीं चलेगा। जिन्ना सोचा सी जिन्नी प्लैनिंग की सी उन्ना अच्छा तो नहीं है पर फिर भी नुकसान वाले ग्रह नहीं है। किसी तरह का कोई नुकसान नहीं होएगा। अपनी मर्जी करनी ठीक है पर जिथे समझ ना लगे बजुर्गों की सलाह ले लेनी चाहिए आ। उहदे नाल बृहस्पत शुभ हो जाता है। शुभ रंग तुहाडा अज दे दिन रहेगा जी तकरीबन खाकी कलर ते शुभ नंबर रहेगा 2 नंबर। ए सी की कहिंदे आ तुहाडे सितारे ग्रह मुताबक गोचर ते नक्षत्र मुताबक आपां चर्चा कीती। वास्तु मुताबक आपां तुहानूं छोटी छोटियां चीजां दसते ही रहिंदे आ पर अज दुसहरे दी ही गल करांगे। दुसहरे ते घर विच चौल बनाने बड़े शुभ मन्ने जांदे आ ते चौल अगर पीले चौल होण होर भी वधिया। खिचड़ी बनानी भी शुभ मन्नी जांदी आ तां तुसीं दही चौल आप भी खाओ बच्चों भी खिलाओ तो घर की छत पर भी रखो जरूर पंछी से। दही जो शुक्र का कारक है चौल जो शुक्र के कारक ने बनाने पंछियों नू पाने बहुत ही शुभ फल देंगे दशहरे वाले दिन। तो अज तुसी चौल ते दही दा उपा करो बड़ा अच्छा रहेगा सारे राशि। ठीक एक बार फिर तो आप सब नू दशहरे दियाँ दसवीं दियाँ विजय दसवीं दियाँ बहुत सारिया मुबारक ते परमात्मा तुहानू हमेशा चढ़दी कला विच रखे। मैनू दो इजाजत सत श्री अकाल।